ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਦਸੰਬਰ ਦਾ ਦਿਨ 1705 ਗੁਰੂ ਗੋਬਿੰਦ ਸਿੰਘ ਸਾਹਿਬ ਦੀਨਾ ਪਿੰਡ ਪੁੱਜੇ। 15 ਦਸੰਬਰ 1705 ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ, ਯਾਨੀ ਮੁਸਲਮਾਨ ਇਹਨਾਂ ਹਰੇ ਕੱਪੜਿਆਂ ਨੂੰ ਨੀਲ ਬਸਤਰ ਕਹਿੰਦੇ ਸਨ। ਨੀਲ ਦਾ ਲਫ਼ਜ਼ੀ ਮਾਨ ਹੈ ਨੀਲਾ ਨਹੀਂ ਬਲਕਿ ਰੰਗਦਾਰ ਹੈ, ਪਹਿਨ ਕੇ ਅਜਨੇਰ ਦੇ ਕਾਜ਼ੀ ਚਿਰਾਗ ਸ਼ਾਹ ਅਤੇ 4 ਹੋਰ ਮੁਸਲਮਾਨ ਮੁਰੀਦਾਂ ਦੇ ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਚੱਲ ਪਏ। ਕਿੜੀ ਪਠਾਣਾ, ਕੁੰਗਰਾਲੀ, ਮਾਨੂਪੁਰ ਤੋਂ ਹੁੰਦੇ ਹੋਏ ਆਪ ਅਜਨੇਰ ਪੁੱਜੇ ਅਤੇ ਕਾਜ਼ੀ ਚਿਰਾਗ ਸ਼ਾਹ ਦੇ ਮਹਿਮਾਨ ਬਣੇ। ਅਗਲਾ ਦਿਨ ਆਪ ਅਜਨੇਰ ਪਿੰਡ ਵਿੱਚ ਰਹੇ ਅਤੇ 13 ਦਸੰਬਰ ਨੂੰ ਅੱਗੇ ਚੱਲ ਪਏ। ਇਸ ਤੋਂ ਬਾਅਦ ਮਲਕਪੁਰ, ਲੱਲ, ਕਟਾਣੀ, ਰਾਮਪੁਰ ਹੁੰਦੇ ਦੁਰਾਹਾ ਪੁੱਜੇ ਅਤੇ ਰਾਤ ਉੱਥੇ ਸਰਾਂ 'ਚ ਬਿਤਾਈ। ਇੱਥੋਂ ਚੱਲ ਕੇ ਆਪ ਕੁਨੇਚ ਪਿੰਡ ਪੁੱਜੇ, ਜਿੱਥੋਂ ਚੱਲ ਕੇ ਹੋਰ ਪਿੰਡਾਂ 'ਚ ਹੁੰਦੇ ਹੋਏ 14 ਦਸੰਬਰ ਦੇ ਦਿਨ ਆਲਮਗੀਰ ਪੁੱਜੇ। ਇੱਕ ਰਾਤ ਇੱਥੇ ਰਹਿਣ ਮਗਰੋਂ ਮੋਹੀ ਪਿੰਡ ਵੱਲ ਚੱਲ ਪਏ। 15 ਦਸੰਬਰ ਦੀ ਰਾਤ ਮੋਹੀ 'ਚ ਰਹਿਣ ਮਗਰੋਂ ਆਪ 16 ਦਸੰਬਰ ਨੂੰ ਹੇਹਰ ਪਿੰਡ 'ਚ ਪੁੱਜੇ, ਜਿੱਥੋਂ ਚੱਲ ਕੇ 17 ਦਸੰਬਰ ਦੀ ਰਾਤ ਲੰਮੇ ਜੱਟਪੁਰੇ ਬਿਤਾਈ ਅਤੇ ਜਿੱਥੇ ਰਾਏ ਕੱਲਾ ਆਪ ਨੂੰ ਮਿਲਣ ਆਇਆ। ਉਸਨੇ ਆਪਣੇ ਨਾਲ ਸਾਥੀ ਨੂਰਾ ਮਾਹੀ ਨੂੰ ਸਰਹੰਦ ਭੇਜ ਕੇ ਮਾਤਾ ਗੁਜਰੀ ਅਤੇ ਬੱਚਿਆਂ ਦੀ ਸ਼ਹੀਦੀ ਦੀ ਖਬਰ ਤਸਦੀਕ ਕਰਵਾਈ। 2 ਰਾਤ ਇੱਥੇ ਰਹਿਣ ਮਗਰੋਂ ਇੱਥੋਂ ਚੱਲ ਕੇ ਗੁਰੂ ਜੀ ਤਖ਼ਤਪੁਰੇ ਪੁੱਜੇ। ਇੱਥੇ ਆਪ ਦੇ ਨਾਲ ਆਏ 5 ਮੁਸਲਮਾਨ ਮੁਰੀਦਾਂ ਨੂੰ ਅਲਵਿਦਾ ਆਖੀ ਅਤੇ ਆਪ ਘੋੜੇ 'ਤੇ ਸਵਾਰ ਹੋ ਕੇ ਅੱਗੇ ਚੱਲ ਪਏ। ਫਿਰ ਆਪ ਮਦੇਹ ਹੁੰਦੇ ਹੋਏ ਭਦੌੜ ਪੁੱਜੇ। 20 ਦਸੰਬਰ ਦੀ ਰਾਤ ਉੱਥੇ ਬਿਤਾਉਣ ਮਗਰੋਂ 21 ਦਸੰਬਰ 1705 ਦੇ ਦਿਨ ਦੀਨਾ ਪਿੰਡ 'ਚ ਜਾ ਠਹਿਰੇ। 1844 ਹੀਰਾ ਸਿੰਘ ਡੋਗਰਾ ਪੰਡਿਤ ਜੱਲਾ ਖਜ਼ਾਨਾ ਲੈ ਕੇ ਭੱਜੇ ਜਾਂਦੇ ਮਾਰੇ ਗਏ। ਨਾਬਾਲਗ ਕੰਵਰ ਦਲੀਪ ਸਿੰਘ ਨੂੰ 18 ਸਤੰਬਰ 1843 ਦੇ ਦਿਨ ਗੱਦੀ 'ਤੇ ਬਿਠਾਇਆ ਅਤੇ ਹੀਰਾ ਸਿੰਘ ਡੋਗਰਾ ਉਸ ਦਾ ਵਜ਼ੀਰ ਬਣ ਗਿਆ। ਹੁਣ ਹੀਰਾ ਸਿੰਘ ਕੋਲ ਸਾਰੀ ਤਾਕਤ ਆ ਗਈ। ਹੀਰਾ ਸਿੰਘ ਡੋਗਰੇ ਨੂੰ ਰਾਣੀ ਜਿੰਦਾਂ ਦੇ ਇਕੱਠਾਂ ਦਾ ਪਤਾ ਲੱਗਾ ਤਾਂ ਉਹ ਘਬਰਾ ਗਿਆ। ਹੁਣ ਉਸਨੂੰ ਜਾਪਣ ਲੱਗ ਪਿਆ ਕਿ ਕੋਈ ਨਾ ਕੋਈ ਸਿੱਖ ਫੌਜੀ ਉਸਨੂੰ ਜ਼ਰੂਰ ਕਤਲ ਕਰ ਦੇਵੇਗਾ। ਇਸ ਕਰਕੇ ਉਸਨੇ ਜੰਮੂ ਨੂੰ ਭੱਜ ਜਾਣ ਦਾ ਫੈਸਲਾ ਕੀਤਾ। ਉਸਨੇ ਆਪਣਾ ਅਤੇ ਲਾਹੌਰ ਦਰਬਾਰ ਦੇ ਹੀਰੇ ਜਵਾਹਰਾਤ ਅਤੇ ਹੋਰ ਸਾਰਾ ਖਜ਼ਾਨਾ ਇਕੱਠਾ ਕੀਤਾ ਅਤੇ 7 ਹਾਥੀਆਂ 'ਤੇ ਲੱਦ ਲਿਆ। 21 ਦਸੰਬਰ 1844 ਨੂੰ ਉਹ ਸਾਰੀ 4000 ਡੋਗਰਾ ਫੌਜ ਨਾਲ ਲਾਹੌਰ ਤੋਂ ਜੰਮੂ ਵੱਲ ਚੱਲ ਪਿਆ। ਛੇਤੀ ਹੀ ਇਸ ਦੀ ਖਬਰ ਸਿੱਖ ਜਰਨੈਲਾਂ ਨੂੰ ਮਿਲ ਗਈ। ਬਹੁਤ ਸਾਰੀ ਸਿੱਖ ਫੌਜ ਘੋੜਿਆਂ 'ਤੇ ਸਵਾਰ ਹੋ ਕੇ ਇਹਨਾਂ ਦੇ ਪਿੱਛੇ ਚੱਲ ਪਈ। ਰਸਤੇ 'ਚ ਸਿੱਖਾਂ ਅਤੇ ਡੋਗਰਿਆਂ ਵਿਚਕਾਰ ਖੂਬ ਲੜਾਈ ਹੋਈ। ਸਿੱਖ ਫੌਜਾਂ ਨੇ ਡੋਗਰਿਆਂ ਦੇ ਖੂਬ ਆਹੂ ਲਾਏ। ਬਹੁਤ ਸਾਰੇ ਡੋਗਰੇ ਮਾਰੇ ਗਏ। ਲਾਹੌਰ ਤੋਂ 35-40 ਕਿਲੋਮੀਟਰ ਦੂਰ ਤੱਕ ਲੜਾਈ ਹੁੰਦੀ ਗਈ। ਇੱਥੇ ਇੱਕ ਪਿੰਡ ਲੁਬਾਣਿਆਂ ਦਾ ਵੀ ਸੀ। ਸਿੱਖ ਫੌਜ ਨੇੜੇ ਪੁੱਜੀ ਵੇਖ ਕੇ ਹੀਰਾ ਸਿੰਘ, ਪੰਡਿਤ ਜੱਲਾ, ਸੋਹਣ ਸਿੰਘ, ਪੁੱਤਰ ਗੁਲਾਬ ਸਿੰਘ ਡੋਗਰਾ ਅਤੇ ਲਾਭ ਸਿੰਘ ਡੋਗਰਾ ਇੱਥੇ ਲੁੱਕ ਗਏ। ਪਰ ਕੁਝ ਚਿਰ ਮਗਰੋਂ ਜਦ ਉਹਨਾਂ ਨੂੰ ਬਹੁਤ ਪਿਆਸ ਲੱਗੀ ਤਾਂ ਉਹ ਇੱਕ ਖੂਹ ਵੱਲ ਆਏ। ਸਿੱਖ ਫੌਜੀਆਂ ਦੀ ਨਿਗਾਹ ਉਹਨਾਂ 'ਤੇ ਪਈ ਤਾਂ ਉਹਨਾਂ ਨੇ ਬੰਦੂਕਾਂ ਤਾਣ ਲਈਆਂ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਨਾਲ ਹਾਥੀ 'ਤੇ ਬੈਠਾ ਸੋਹਣ ਸਿੰਘ ਮਾਰਿਆ ਗਿਆ। ਲਾਭ ਸਿੰਘ ਡੋਗਰੇ ਨੂੰ ਵੀ ਗੋਲੀ ਲੱਗੀ। ਉਹ ਘੋੜਾ ਭਜਾ ਕੇ ਜੰਮੂ ਵੱਲ ਚਲਾ ਗਿਆ। ਸਿੱਖ ਫੌਜਾਂ ਨੇ ਉਸਦਾ ਪਿੱਛਾ ਕੀਤਾ ਅਤੇ 7-8 ਕਿਲੋਮੀਟਰ ਦੂਰ ਜਾ ਕੇ ਉਸਨੂੰ ਘੇਰ ਕੇ ਮਾਰ ਦਿੱਤਾ। ਇਸ ਦੇ ਨਾਲ ਹੀ ਸਿੱਖ ਫੌਜੀਆਂ ਨੇ ਹੀਰਾ ਸਿੰਘ ਉੱਤੇ ਵੀ ਹਮਲਾ ਕੀਤਾ। ਉਸਨੇ ਅੱਗੋਂ ਟਾਕਰਾ ਕੀਤਾ ਪਰ ਇੱਕ ਸਿੱਖ ਦੇ ਨੇਜੇ ਨਾਲ ਉਹ ਵੀ ਮਾਰਿਆ ਗਿਆ। ਪੰਡਿਤ ਜੱਲਾ ਤਾਂ ਤਲਵਾਰ ਦੇ ਇੱਕ ਵਾਰ ਨਾਲ ਹੀ ਮਾਰਿਆ ਗਿਆ ਸੀ। ਇਹਨਾਂ ਸਾਰਿਆਂ ਦੇ ਮਰਨ ਮਗਰੋਂ ਫੌਜਾਂ ਦਰਬਾਰ ਦਾ ਸਾਰਾ ਖਜ਼ਾਨਾ ਅਤੇ ਹੋਰ ਸਾਰਾ ਮਾਲਮੱਤਾ ਲੈ ਕੇ ਲਾਹੌਰ ਮੁੜਾਈਆਂ। 1845 ਫੇਰੂ ਸ਼ਹਿਰ, ਜਿਸ ਨੂੰ ਫਿਰੋਸ਼ਾ ਕਿਹਾ ਜਾਂਦਾ, 'ਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਹੋਈ। ਸਿੱਖਾਂ ਦਰਅਸਲ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਵਿਚਕਾਰ ਦੂਜੀ ਲੜਾਈ 21 ਦਸੰਬਰ 1845 ਦੇ ਦਿਨ ਫੇਰੂ ਸ਼ਹਿਰ 'ਚ ਹੋਈ। ਫੇਰੂ ਸ਼ਹਿਰ ਦੀ ਲੜਾਈ 'ਚ 694 ਅੰਗਰੇਜ਼ ਮਾਰੇ ਗਏ ਸਨ ਅਤੇ 1721 ਜ਼ਖਮੀ ਹੋਏ ਸਨ। ਮਾਰੇ ਜਾਣ ਵਾਲਿਆਂ 'ਚ 103 ਅਫਸਰ ਵੀ ਸਨ ਅਤੇ ਇਹਨਾਂ 'ਚ ਉਹ ਮੇਜਰ ਬ੍ਰੌਡਫੁੱਟ ਵੀ ਸ਼ਾਮਲ ਸੀ, ਜਿਸ ਨੇ ਇਸ ਜੰਗ ਦੀ ਪਹਿਲੀ ਗੋਲੀ ਚਲਾਈ ਸੀ। ਇਸ ਲੜਾਈ 'ਚ 3,500 ਸਿੱਖ ਵੀ ਮਾਰੇ ਗਏ ਸਨ। ਇਸ ਲੜਾਈ 'ਚ ਗਦਾਰੀ ਕਰਨ ਵਾਲੇ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਅੰਗਰੇਜ਼ਾਂ ਦਾ ਪੂਰਾ ਸਾਥ ਦਿੱਤਾ, ਪਰ ਫਿਰ ਵੀ ਅੰਗਰੇਜ਼ ਅਫਸਰ ਸਿੱਖਾਂ ਤੋਂ ਬੁਰੀ ਤਰ੍ਹਾਂ ਡਰ ਗਏ। ਇਸ ਜੰਗ ਵਿੱਚ ਪਟਿਆਲਾ, ਨਾਭਾ ਅਤੇ ਹੋਰ ਸਤਲੁਜ ਪਾਰਲੀਆਂ ਸਿੱਖ ਰਿਆਸਤਾਂ ਅੰਗਰੇਜ਼ਾਂ ਵੱਲੋਂ ਲਾਹੌਰ ਦਰਬਾਰ ਵਿਰੁੱਧ ਲੜੀਆਂ ਸਨ। ਇੰਜ ਹੀ ਅੰਗਰੇਜ਼ੀ ਫੌਜ ਦੇ ਅਫਸਰ ਸਾਰੇ ਹੀ ਅੰਗਰੇਜ਼ ਸਨ, ਪਰ ਉਹਨਾਂ ਹੇਠ ਲੜਨ ਵਾਲੇ ਸਿਪਾਹੀਆਂ 'ਚੋਂ ਬਹੁਤੇ ਹਿੰਦੁਸਤਾਨੀ ਸਨ। ਦੂਜੇ ਲਫ਼ਜ਼ਾਂ 'ਚ ਪੰਜਾਬ 'ਤੇ ਅੰਗਰੇਜ਼ੀ ਕਬਜ਼ਾ ਕਰਵਾਉਣ ਵਾਲੇ ਹਿੰਦੁਸਤਾਨੀ ਅਤੇ ਸਤਲੁਜ ਪਾਰ ਪੰਜਾਬੀ ਰਿਆਸਤਾਂ ਦੇ ਫੌਜੀ ਸਨ। 1981 ਜਥੇਦਾਰ ਸੰਤੋਖ ਸਿੰਘ ਦਿੱਲੀ ਅਤੇ ਸੋਹਣ ਸਿੰਘ ਸੰਧੂ ਦੋਵੇਂ ਸ਼ੱਕੀ ਹਾਲਤਾਂ 'ਚ ਮਾਰੇ ਗਏ। 20 ਸਤੰਬਰ 1981 ਦੇ ਦਿਨ ਜਦ ਮਹਿਤਾ ਚੌਂਕ 'ਚ ਪੁਲਿਸ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਕੇ ਕਾਰ 'ਚ ਬਿਠਾ ਕੇ ਲਿਜਾ ਰਹੀ ਸੀ ਤਾਂ ਜਥੇਦਾਰ ਸੰਤੋਖ ਸਿੰਘ ਦਿੱਲੀ ਨੇ ਇੱਕ ਡਰਾਮਾਈ ਪ੍ਰੋਟੈਸਟ ਕੀਤਾ। ਉਹ ਉਸ ਕਾਰ ਦੀ ਬੁਨਟ 'ਤੇ ਬੈਠ ਗਿਆ ਅਤੇ ਕਿਹਾ ਕਿ ਉਹ ਕਾਰ ਨਹੀਂ ਜਾਣ ਦੇਵੇਗਾ। ਕੁਝ ਚਿਰ ਮਗਰੋਂ ਭਿੰਡਰਾਂ ਵਾਲਿਆਂ ਦੇ ਕਹਿਣ 'ਤੇ ਉਹ ਬੁਨਟ ਤੋਂ ਉਤਰਿਆ ਤਾਂ ਪੁਲਿਸ ਦੀ ਗੱਡੀ ਅੱਗੇ ਜਾ ਸਕੀ। ਸੰਤੋਖ ਸਿੰਘ ਇੰਦਰਾ ਗਾਂਧੀ ਦਾ ਖਾਸਮ ਖਾਸ ਸੀ, ਪਰ ਕੁਝ ਚਿਰ ਤੋਂ ਦੋਹਾਂ 'ਚ ਫਰਕ ਆ ਗਏ ਸਨ ਅਤੇ ਸੰਤੋਖ ਸਿੰਘ ਨੇ ਬਾਗੀ ਸੁਰਖ ਤਿਆਰ ਕਰ ਲਈ ਸੀ। ਜਦ ਇਹ ਖਬਰਾਂ ਇੰਦਰਾ ਗਾਂਧੀ ਤੱਕ ਪੁੱਜੀਆਂ ਤਾਂ ਉਸਨੇ ਸੰਤੋਖ ਸਿੰਘ ਦਾ ਕੰਡਾ ਕੱਢਣ ਦਾ ਫੈਸਲਾ ਕਰ ਲਿਆ। 21 ਦਸੰਬਰ 1981 ਦੇ ਦਿਨ ਜਦ ਉਹ ਕਾਰ 'ਚ ਜਾ ਰਿਹਾ ਸੀ ਤਾਂ ਉਸਦੀ ਕਾਰ ਨੂੰ ਇੱਕ ਹੋਰ ਮੈਂਬਰ ਸੋਹਣ ਸਿੰਘ ਸੰਧੂ ਨੇ ਰੋਕਿਆ।
ਪੁਲਿਸ ਮੁਤਾਬਕ ਮੌਕੇ 'ਤੇ ਦੋਹਾਂ 'ਚ ਝਗੜਾ ਹੋਇਆ ਅਤੇ ਦੋਵੇਂ ਇੱਕ ਦੂਜੇ ਦੀ ਗੋਲੀ ਨਾਲ ਮਾਰੇ ਗਏ। ਪਰ ਦਰਅਸਲ ਇਹ ਆਪਸੀ ਝਗੜੇ ਦਾ ਕਤਲ ਨਹੀਂ ਸੀ, ਕਿਉਂਕਿ ਸੰਧੂ ਦੇ ਜਿਸ ਰਿਵਾਲਵਰ ਨਾਲ ਗੋਲੀ ਚਲਾਈ ਗਈ ਸੀ ਉਹ ਰਿਵਾਲਵਰ ਹੀ ਗਾਇਬ ਹੋ ਗਿਆ ਸੀ। ਜਥੇਦਾਰ ਦੇ ਪੁੱਤਰ ਨੇ ਦੋਸ਼ ਲਾਇਆ ਸੀ ਕਿ ਇਹ ਕਤਲ ਖੁਫੀ ਏਜੰਸੀਆਂ ਨੇ ਕਰਵਾਇਆ ਸੀ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਦਸੰਬਰ ਦਾ ਦਿਨ।